ਕੰਦਾ ਖੂ ਪੁੱਤਾਂ ਵਾਲਾ ਜੇਤੂ ਵੇਖਣਾ ਨੀ ਅਜੇ ਰੁੱਕ ਜਾ ਦੇਹਾੜੀ ਕੱਲ ਦੀ ਪਿੰਡ ਭਗਤੇ ਭਾਈਕੇ ਦੇ ਪੁੱਤਾਂ ਵਾਲੇ ਖੂਦ ਨਾਮ ਤੁਸੀਂ ਸਾਰਿਆਂ ਨੇ ਸੁਣਿਆ ਹੀ ਹੋਣਾ ਪੁੱਤਾਂ ਵਾਲੇ ਖੂ ਬਾਰੇ ਗੀਤਾਂ ਚ ਸੁਣ ਕੇ ਤੇ ਆਮ ਸੁਣੀਆਂ ਸੁਨਾਈਆਂ ਗੱਲਾਂ ਨਾਲ ਕਈ ਵਾਰੀ ਇਹ ਲੱਗਦਾ ਹੈ ਕਿ ਇੱਥੇ ਕੋਈ ਭੂਤ ਪ੍ਰੇਤ ਨੱਚਦੇ ਟੱਪਦੇ ਹੋਣਗੇ ਤੇ ਲੋਕਾਂ ਨੂੰ ਪਰੇਸ਼ਾਨ ਕਰਦੇ ਹੋਣਗੇ ਜਾਂ ਇਹ ਜਗ੍ਹਾ ਬਹੁਤ ਡਰਾਵਣੀ ਹੋਵੇਗੀ ਤਾਂ ਦੋਸਤੋ ਅੱਜ ਅਸੀਂ ਤੁਹਾਨੂੰ ਉਹ ਪੁੱਤਾਂ ਵਾਲੇ ਖੂਹ ਦੇ ਦਰਸ਼ਨ ਕਰਵਾਵਾਂਗੇ ਜਿਸ ਦਾ ਨਾਮ ਸੁਣ ਕੇ ਤਾਂ ਬਹੁਤ ਡਰ ਲੱਗਦਾ ਹੈ ਪਰ ਅਸਲ 'ਚ ਇਹੋ ਜਿਹਾ ਕੁਝ ਵੀ ਨਹੀਂ ਇੱਥੋਂ ਦੇ ਲੋਕ ਇਸ ਖੂਹ ਤੋਂ ਡਰਦੇ ਨਹੀਂ ਸਗੋਂ ਇਸ ਖੂਹ ਤੇ ਆ ਕੇ ਮੱਥਾ ਟੇਕਦੇ ਨੇ ਅਤੇ ਇਹ ਮੰਨਿਆ ਜਾਂਦਾ ਹੈ ਕਿ ਜੋ ਵੀ ਕੋਈ ਇੱਥੇ ਆ ਕੇ ਸੁੱਖਾ ਸੁਖਦੇ ਨੇ ਉਹਨਾਂ ਦੀਆਂ ਸੁੱਖਾਂ ਜ਼ਰੂਰ ਪੂਰੀਆਂ ਹੁੰਦੀਆਂ ਨੇ ਇਸ ਪੁੱਤਾਂ ਵਾਲੇ ਖੂਹ ਦੀ ਮੰਨਤਾ ਪੂਰੇ ਬਠਿੰਡਾ ਅਤੇ ਮੋਗਾ ਜ਼ਿਲ੍ਹੇ ਦੇ ਲੋਕਾਂ ਤੋਂ ਇਲਾਵਾ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਨਾਲ ਜੁੜੀ ਹੋਈ ਹੈ। ਇਹ ਪੁੱਤਾਂ ਵਾਲਾ ਖੂਹ ਬਠਿੰਡੇ ਜ਼ਿਲ੍ਹੇ ਦੇ ਪਿੰਡ ਭਗਤਾ ਭਾਈਕੇ ਵਿੱਚ ਬਣਿਆ ਹੋਇਆ ਹੈ। ਐਸੇ ਹੀ ਪਿੰਡ ਦੇ ਗੀਤਾਂ ਦੇ ਲਖਾਰੀ ਕਰਮਜੀਤ ਪੂਰੀ ਦੇ ਲਿਖੇ ਗੀਤ ਅਤੇ ਮਿਸ ਪੂਜਾ ਦੀ ਆਵਾਜ਼ ਵਿੱਚ ਗਾਏ ਗਏ ਗਾਣਿਆਂ ਵਿੱਚ ਵੀ ਇਸ ਪੁੱਤਾਂ ਵਾਲੇ ਖੂਹ ਦਾ ਜ਼ਿਕਰ ਰਿਹਾ ਹੈ। ਪੂਤਾਂ ਵਾਲੇ ਖੂਦ ਹੀ ਕਹਾਣੀ ਵੀ ਬਹੁਤ ਅਨੋਖੀ ਹੈ ਇਹ ਖੂਪ ਭਾਈ ਭਗਤਾ ਜੀ ਦੇ ਪੂਤ ਪ੍ਰੇਤਾਂ ਦੁਆਰਾ ਇੱਕੋ ਰਾਤ ਵਿੱਚ ਬਣਾਇਆ ਗਿਆ ਸੀ ਕਿਵੇਂ ਇਹ ਖੂਪ ਪੂਤਾਂ ਨੇ ਰਾਤੋਂ ਰਾਤ ਬਣਾ ਕੇ ਤਿਆਰ ਕਰ ਦਿੱਤਾ ਸੀ ਇਹ ਗੱਲਾਂ ਤੁਹਾਨੂੰ ਇਸ ਵੀਡੀਓ ਦੇ ਅੱਗੇ ਜਾ ਕੇ ਜਾਣਨ ਨੂੰ ਮਿਲਣਗੀਆਂ ਤਾਂ ਸ਼ੁਰੂ ਕਰਦੇ ਹਾਂ ਇਹ ਖੂਦ ਹੀ ਇਤਿਹਾਸਿਕ ਕਹਾਣੀ ਪਿੰਡ ਭਗਤੇ ਭਾਈਕੇ ਨੂੰ ਭਾਈ ਭਗਤਾ ਜੀ ਨੇ ਬਸਾਇਆ ਸੀ ਭਾਈ ਭਗਤਾ ਜੀ ਭਾਈ ਨਾਨੂ ਜੀ ਦੇ ਪੁੱਤਰ ਅਤੇ ਭਾਈ ਬੈਲੋ ਜੀ ਦੇ ਪੋਤਰੇ ਸੀ ਭਾਈ ਬੈਲੋ ਜੀ ਮਾਨਸਾ ਜ਼ਿਲ੍ਹੇ ਦੇ ਪਿੰਡ ਫਫੜੇ ਭਾਈਕੇ ਵਿੱਚ ਸਿੱਖੀ ਦਾ ਪ੍ਰਚਾਰ ਕਰਦੇ ਸੀ ਜਦੋਂ ਭਾਈ ਬੈਲੋ ਜੀ ਦੇ ਪੁੱਤਰ ਭਾਈ ਨਾਨੂ ਜੀ ਦੇ ਘਰ ਪੁੱਤਰ ਨੇ ਜਨਮ ਲਿਆ ਤਾਂ ਉਸ ਦਾ ਨਾਮ ਭਗਤਾਰ ਰੱਖਿਆ ਗਿਆ ਭਗਤਾ ਗੁਰੂ ਦਾ ਭਗਤ ਸੀ ਅਤੇ ਉਹ ਹਰ ਵੇਲੇ ਗੁਰੂ ਘਰ ਨਾਲ ਜੁੜਿਆ ਰਹਿੰਦਾ ਸੀ ਜਵਾਨ ਹੋ ਕੇ ਭਾਈ ਭਗਤੇ ਨੇ ਫਫੜੇ ਭਾਈਕੇ ਤੋਂ ਆ ਕੇ ਭਗਤਾ ਪਿੰਡ ਵਸਾਇਆ ਜਿਸ ਨੂੰ ਭਗਤਾ ਭਾਈਕਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਗੱਲ 1761 ਦੀ ਹੈ ਜਦੋਂ ਲਾਹੌਰ ਦਾ ਦੀਵਾਨ ਰਾਮੂ ਸ਼ਾ ਭਾਈ ਭਗਤੇ ਕੋਲ ਆਇਆ ਤੇ ਬੇਨਤੀ ਕੀਤੀ ਕਿ ਉਹਨਾਂ ਦੀ ਪੁੱਤਰੀ ਨੂੰ ਪ੍ਰੇਤ ਚਿੰਬੜਿਆ ਹੋਇਆ ਹੈ ਤੇ ਮੈਂ ਬਹੁਤ ਇਲਾਜ ਕਰਵਾ ਚੁੱਕਿਆ ਹਾਂ ਪਰ ਕੋਈ ਆਰਾਮ ਨਹੀਂ ਆਇਆ ਤਾਂ ਬਾਬਾ ਜੀ ਨੇ ਲਾਹੌਰ ਜਾ ਕੇ ਰਾਮੂ ਦੀ ਪੁੱਤਰੀ ਨੂੰ ਠੀਕ ਕਰ ਦਿੱਤਾ। रामू शाह ਨੇ ਖੁਸ਼ ਹੋ ਕੇ ਬਾਬਾ ਜੀ ਤੋਂ ਸੇਵਾ ਪੁੱਛੀ ਤਾਂ ਬਾਬਾ ਜੀ ਨੇ ਉਸ ਤੋਂ ਇੱਟਾਂ ਤੇ ਚੂਨੇ ਦੀ ਮੰਗ ਕੀਤੀ। रामू ਨੇ ਕਿਹਾ ਕਿ ਇੱਟਾਂ ਤੇ ਚੂਨਾ ਤਾਂ ਜਿੰਨਾ ਮਰਜ਼ੀ ਲੈ ਲਵੋ ਪਰ ਮੈਂ ਇਸ ਨੂੰ ਪਹੁੰਚਾ ਨਹੀਂ ਸਕਦਾ। ਬਾਬਾ ਜੀ ਨੇ ਕਿਹਾ ਕਿ ਭਾਈ ਤੂੰ ਫਿਕਰ ਨਾ ਕਰ ਇਹ ਸਮਾਨ ਅਸੀਂ ਆਪੇ ਲੈ ਜਾਵਾਂਗੇ। ਤੂੰ ਜੋ ਸਮਾਨ ਸਾਨੂੰ ਦੇਣਾ ਚਾਹੁੰਦਾ ਹੈ ਉਸ ਤੇ ਨਿਸ਼ਾਨੀ ਲਾ ਦੇ। ਤਰ੍ਹਾਂ ਮੁਸ਼ਾ ਨੇ ਇੱਟਾਂ ਤੇ ਚੂਨੇ ਦੇ ਢੇਰ ਤੇ ਨਿਸ਼ਾਨ ਲਾ ਦਿੱਤੇ ਫਿਰ ਬਾਬਾ ਜੀ ਨੇ ਆਪਣੇ ਗੁਪਤ ਸੇਵਕਾਂ ਜਾਨੀ ਕਿ ਪੁੱਤਾਂ ਨੂੰ ਹੁਕਮ ਕੀਤਾ ਕਿ ਸਮਾਨ ਚੁੱਕ ਕੇ ਲੈ ਆਓ ਤੇ ਖੂਹ ਲਾ ਦਿਓ ਤਾਂ ਪੁੱਤਾਂ ਨੇ ਰਾਤੋਂ ਰਾਤ ਲਾਹੌਰ ਤੋਂ ਚੂਨਾ ਤੇ ਇੱਟਾਂ ਲਿਆ ਕੇ ਖੂਹ ਲਾ ਦਿੱਤਾ ਜਿਸ ਕਾਰਨ ਇਹ ਖੂਹ ਨੂੰ ਪੁੱਤਾਂ ਵਾਲੇ ਖੂਹ ਦੇ ਨਾਮ ਤੋਂ ਜਾਣਿਆ ਜਾਣ ਲੱਗਿਆ ਤੇ ਪੂਰਾ ਪਿੰਡ ਇਸੇ ਖੂਹ ਦਾ ਪਾਣੀ ਪੀਣ ਲੱਗਿਆ ਜਿੱਥੇ ਬਾਕੀ ਖੂਹਾਂ ਦਾ ਪਾਣੀ ਖਰਾਬ ਹੋ ਚੁੱਕਿਆ ਹੈ ਉੱਥੇ ਹੀ ਇਸ ਖੂਹ ਦਾ ਪਾਣੀ ਕਦੇ ਖਰਾਬ ਨਹੀਂ ਹੋਇਆ ਜਿਵੇਂ ਦਾ ਪਹਿਲਾ ਸੀ ਓਵੇਂ ਹੀ ਹੁਣ ਵੀ ਹੈ ਇੱਕ ਵਾਰੀ ਐਸੇ ਹੀ ਪਿੰਡ ਦਾ ਬੂਟਾ ਗੱਪੀ ਨਾਮ ਦਾ ਇੱਕ ਬੰਦਾ ਇਸ ਖੂਹ ਉੱਤੇ ਚੜ ਕੇ ਟਿਚਰਾਂ ਕਰਨ ਲੱਗ ਗਿਆ ਤੇ ਲੋਕਾਂ ਦੇ ਮਨੋਰੰਜਨ ਵਾਸਤੇ ਡਰਾਮੇ ਕਰਨ ਲੱਗ ਗਿਆ ਤੇ ਇਸ ਖੂਹ ਦਾ ਪਾਣੀ ਪੀ ਕੇ ਭਾਈ ਭਗਤਾ ਜੀ ਬਾਰੇ ਅਪਸ਼ਬਦ ਬੋਲਣ ਲੱਗ ਪਿਆ ਤਾਂ ਇਸ ਖੂ ਦੀਆਂ ਸ਼ਕਤੀਆਂ ਨੇ ਉਸ ਨੂੰ ਇੱਥੋਂ ਪੜਕਾ ਕੇ ਸੜਕ ਤੇ ਮਾਰਿਆ ਤੇ ਉਹ ਕਮਲਾ ਹੋ ਗਿਆ ਉਸ ਤੋਂ ਬਾਅਦ ਉਸ ਦੇ ਪੂਰੇ ਪਰਿਵਾਰ ਨੇ ਇੱਥੇ ਆ ਕੇ ਮਿੰਤਾ ਤਰਲੇ ਕੀਤੇ ਅਤੇ ਬੂਟਾ ਗੱਪੀ ਨੂੰ ਵਾਪਸ ਠੀਕ ਕਰਨ ਦੀ ਬੇਨਤੀ ਕੀਤੀ ਤਾਂ ਉਹ ਠੀਕ ਹੋ ਗਿਆ ਅਤੇ ਹੁਣ ਉਹ ਫਰੀਦਕੋਟ ਦੇ ਸ਼ਿਵਿਆਂ ਵਿੱਚ ਸੇਵਾ ਕਰ ਰਿਹਾ ਹੈ ਇਸ ਖੂ ਨੂੰ ਇਸ ਕਰਕੇ ਵੀ ਇਤਿਹਾਸਕ ਮੰਨਿਆ ਜਾਂਦਾ ਹੈ ਕਿਉਂਕਿ ਹੁਣ ਤੱਕ ਜੋ ਕੋਈ ਵੀ ਵਿਅਕਤੀ ਇਸ ਖੂਹ ਵਿੱਚ ਡਿੱਗਿਆ ਹੈ ਨਾ ਤਾਂ ਉਸ ਨੂੰ ਕਿਸੇ ਪ੍ਰਕਾਰ ਦੀ ਕੋਈ ਸੱਟ ਲੱਗੀ ਤੇ ਨਾ ਹੀ ਕੋਈ ਡੁੱਬ ਕੇ ਮਰਿਆ ਜਿਵੇਂ ਹੀ ਕੋਈ ਇਸ ਵਿੱਚ ਡਿੱਗਿਆ ਹੈ ਉਵੇਂ ਹੀ ਉਸ ਨੂੰ ਬਾਹਰ ਕੱਢ ਲਿਆ ਗਿਆ ਹੈ ਉਸ ਤੋਂ ਬਾਅਦ ਪਿੰਡ ਵਾਲੇ ਇਸ ਪ੍ਰਾਤਨ ਨਿਸ਼ਾਨੀ ਨੂੰ ਅੱਜ ਵੀ ਕੈਮਰਾ ਰੱਖਣ ਦੀ ਕੋਸ਼ਿਸ਼ ਕਰ ਰਹੇ ਨੇ ਹੁਣ ਇੱਥੇ ਬਹੁਤ ਲੋਕ ਆਪਣੀਆਂ ਸੁੱਖਾਂ ਸੁਖਦੇ ਨੇ ਤੇ ਸੁੱਖਾਂ ਪੂਰੀਆਂ ਹੋਣ ਤੇ ਇੱਥੇ ਸੁੱਖ ਲਾਣ ਆਉਂਦੇ ਨੇ ਨਾਲ ਹੀ ਹਰ ਸਾਲ ਇੱਥੇ 18 19 ਤੇ 20 ਫਰਵਰੀ ਨੂੰ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਜੋੜ ਮੇਲਾ ਵੀ ਕਰਵਾਇਆ ਜਾਂਦਾ ਹੈ ਅਤੇ ਹੁਣ ਇਸ ਖੂਹ ਦੀ ਸੇਵਾ ਸਰਦਾਰ ਸੁਰਜੀਤ ਸਿੰਘ ਜੀ ਵੱਲੋਂ ਕੀਤੀ ਜਾ ਰਹੀ ਹੈ ਖੂਹ ਦੇ ਬਿਲਕੁਲ ਨਾਲ ਹੀ ਇਤਿਹਾਸਿਕ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਹੈ ਇਸ ਸਥਾਨ ਨੂੰ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਤੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਪਾ ਪ੍ਰਾਪਤ ਹੈ ਤਾਂ ਤੁਹਾਨੂੰ ਇਸ ਖੂਵਾਰੇ ਇਹ ਜਾਣਕਾਰੀ ਕਿਵੇਂ ਲੱਗੀ ਕਮੈਂਟ ਵਿੱਚ ਜਰੂਰ ਦੱਸਿਓ ਤੇ ਸਾਡੇ ਚੈਨਲ ਨਾਲ ਬਨੇ ਰਹਿਣ ਲਈ ਧੰਨਵਾਦ ਇਸ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜਰੂਰ ਕਰੋ ਨਵੇਂ ਵਿਊਅਰਸ ਇਹੋ ਜਿਹੇ ਹੋਰ ਇੰਟਰਸਟਿੰਗ ਵੀਡੀਓ ਦੇਖਣ ਲਈ ਸਾਡੇ YouTube ਚੈਨਲ ਜਿਉਂਦੇ ਰਹਿਣ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਬੈਲ ਦਾ ਆਈਕਨ ਦਬਾ ਦਿਓ ਤਾਂ ਜੋ ਸਾਡੀਆਂ ਵੀਡੀਓ ਬਾਰੇ ਤੁਹਾਨੂੰ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਮਿਲ ਜਾਵੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਹੱਸਦੇ ਬਸਦੇ ਰਹੋ ਖੁਸ਼ ਰਹੋ ਜਿਉਂਦੇ ਰਹੋ ਰੱਬ ਰਾਖਾ